ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਆਈ ਅਪਡੇਟ ਬਾਰੇ ਦੱਸਣ ਜਾ ਰਿਹਾ ਹਾਂ ਤੇ ਮੈਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਵਾਂ ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਦੱਬੋ ਤਾਂ ਕਿ ਆਉਣ ਵਾਲੀ ਹਰ ਇੱਕ ਜੌਬ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਅਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਹਲਚਲ ਤੇਜ਼ ਹੋ ਚੁੱਕੀ ਹੈ ਬੀਤੇ ਦੋ ਹਫ਼ਤਿਆਂ ਤੋਂ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਦੋ ਤੋਂ ਤਿੰਨ ਅਪਡੇਟਸ ਆ ਚੁੱਕੀਆਂ ਨੇ ਤੇ ਇਹ ਸਾਰੀਆਂ ਅਪਡੇਟਸ ਵੈਕੈਂਸੀਆਂ ਨੂੰ ਲੈ ਕੇ ਤਾਂ ਦੋਸਤੋ ਪੰਜਾਬ ਵਿੱਚ ਸਰਕਾਰੀ ਭਰਤੀਆਂ ਨੂੰ ਲੈ ਕੇ ਲਗਾਤਾਰ ਅਪਡੇਟਸ ਆ ਰਹੀਆਂ ਨੇ ਚਾਹੇ ਉਹ ਸੂਬੇ ਵਿੱਚ 50000 ਭਰਤੀਆਂ ਬਾਰੇ ਅਪਡੇਟ ਹੋਵੇ ਚਾਹੇ ਪੰਜਾਬ ਪੁਲਿਸ ਦੀ ਭਰਤੀ ਬਾਰੇ ਅਪਡੇਟ ਹੋਵੇ ਤਾਂ ਦੋਸਤੋ 1 ਜਨਵਰੀ 2021 ਨੂੰ ਨਵੇਂ ਸਾਲ ਦੇ ਪਹਿਲੇ ਦਿਨ ਹੀ ਡੀਜੀਪੀ ਸ਼੍ਰੀ ਦਿਨਕਰ ਗੁਪਤਾ ਸਾਹਿਬ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਸੂਬੇ ਵਿੱਚ 8000 ਭਰਤੀਆਂ ਜੋ ਪੰਜਾਬ ਪੁਲਿਸ ਮੈਕਵੇ ਵਿੱਚ ਕੱਡੀਆਂ ਜਾਣਗੀਆਂ ਅਤੇ ਜਿਸ ਵਿੱਚੋਂ ਜੋ ਸਰਕਾਰ ਵੱਲੋਂ ਕੁੜੀਆਂ ਦਾ 33% ਜੋ ਰਾਖਵਾਕਰਨ ਹੋਣ ਕਰਕੇ 8000 ਭਰਤੀਆਂ ਦੇ ਵਿੱਚੋਂ ਜੋ 2700 ਅਸਾਮੀਆਂ ਕੁੜੀਆਂ ਦੀਆਂ ਹੋਣਗੀਆਂ ਜਾਨੀ ਕਿ 2700 ਅਸਾਮੀਆਂ ਤੇ ਜੋ ਲੇਡੀਜ਼ ਪੁਲਿਸ ਭਰਤੀ ਕੀਤੀ ਜਾਵੇਗੀ ਇਹ ਖਬਰ ਕੁੜੀਆਂ ਲਈ ਬਹੁਤ ਚੰਗੀ ਖਬਰ ਹੈ ਇਸ ਤੋਂ ਇਲਾਵਾ ਇਹਨਾਂ ਭਰਤੀਆਂ 'ਚੋਂ 2000 ਤਕਨੀਕੀ ਮਹਰਾਂ ਦੀ ਪ੍ਰਤੀ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਵੀ ਲਾ ਅਫਸਰਾਂ ਕੈਮੀਕਲ ਐਨਲਾਈਜ਼ਰਾਂ ਫੋਰੈਂਸਿਕ ਮਾਹਿਰਾਂ ਦੀ ਪ੍ਰਤੀ ਵੀ ਜੜੀ ਪੰਜਾਬ ਪੁਲਿਸ ਦੇ ਵਿੱਚ ਕੀਤੀ ਜਾਵੇਗੀ ਦੋਸਤੋ ਅਗਲੇ 2-3 ਮਹੀਨਿਆਂ ਤੱਕ ਜਿਹੜੇ ਸਾਰੇ ਆਫੀਸ਼ੀਅਲ ਨੋਟੀਫਿਕੇਸ਼ਨ ਆਨ ਦੀ ਆਸ ਹੈ ਤਾਂ ਤੁਸੀਂ ਆਪਣੀ ਤਿਆਰੀ ਨਹੀਂ ਛੱਡਣੀ ਜੇਕਰ ਕਿਸੇ ਪੇਪਰ ਲਈ ਰਿਟਨ ਇਗਜ਼ਾਮ ਹੈ ਤਾਂ ਤੁਸੀਂ ਰਿਟਨ ਇਗਜ਼ਾਮ ਦੀ ਵੀ ਤਿਆਰੀ ਕਰੋ ਅਤੇ ਜੇਕਰ ਕਿਸੇ ਪੀਪਲ ਲਈ ਜੋ ਫਿਜ਼ੀਕਲ ਟੈਸਟ ਹੈ ਤਾਂ ਆਪਣੇ ਫਿਜ਼ੀਕਲ ਜੋ ਟੈਸਟ ਦੀ ਵੀ ਤਿਆਰੀ ਤੁਸੀਂ ਨਾਲ-ਨਾਲ ਰੱਖੋ ਤਾਂ ਦੋਸਤੋ ਇਹ ਸੀ ਪੰਜਾਬ ਪੁਲਿਸ ਭਰਤੀ ਬਾਰੇ ਆਈ ਇੱਕ ਵੱਡੀ ਅਪਡੇਟ ਅਤੇ ਤੁਸੀਂ ਹੋਰ ਨਾ ਜੌਬਸ ਦੀ ਅਪਡੇਟ ਨੂੰ ਲੈ ਕੇ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ